चिरागा मोम बत्तियां नू हवा ने खा ही जाना है, असा लोकां दे अंदर बालना कुछ सूरजां वरगा। जसविंदर दी गजल दे संबंध तो तुसी अंदाजा ला लिया होना कि किसी अज वक्री जे विषय ते गल होण जा रही है। बिल्कुल, अज आपां जिहड़ी शख्सियत ते गल करांगे उन्हां दी फोटो तुसी गाहे बगाहे देखी होगी, उन्हां दा नाम भी तुसी गाहे बगाहे सुनिया होगा, बाबा सोहण सिंह भकणा। बाबे सोहण सिंह भकणे की अज आपां गलबात करांगे, उन्हां दी जीवन यात्रा इस पॉडकास्ट राही, जाने कि पॉडकास्ट विद तरनदीप दे 14वें पॉडकास्ट दे विच सुणांगे। बाबा सोहण सिंह भकणा तकरीबन कहिंदे हुंदे ने कि एक सदी ज्योए, एक सदी दे विच उह इन्ना ज्योए कि उह कई सदियां जिन्ना कम कर गए। अज भी जदों उन्हां दा कम देखदे आ, जदों उन्हां दी यात्रा नूं पढ़दे आ, तां इउं महसूस हुंदा कि इह बंदे सी जां कोई इह बहुत देवी पुरश सी। हालांकि आपां इस बाबत नहीं गल करना कि युग पुरश तो सीगे, उन्हां युग पलटाऊ कारवाइयां नूं पढ़दिआं सुणदिआं मनुखता ते पूरी कायनात दी बेहतरी लई जिहड़ा कम कीता उह तो इं लगदा कि उह कोई देवी पुरश सी, पर कहिंदे हुंदे ने कि उह सधारण इंसान ही सी, पर उन्हां दे अंदर एक जज्बा सी, उन्हां दे अंदर एक भावना सी, उन्हां दे अंदर एक समझ सी कि उह दुनिया दे लई ज्यों, इसे करके असीं उन्हां नूं याद करदे हां। नहीं तो जदों वह कनेडा अमरीका पहुँचे, जदों बाहरले मुल्कां दे विच गए, वह भी जाके काम कर सकते, वह भी जाके लंबर मिलां स्थापित कर सकते। अज उन्होंने चौथियां पंजवीं जिहड़ियां पीढ़ियां ने वह कनेडा दे अमरीका दे सरमाएदारां दे विच शामिल हुंदियां, वह गए पर उत्थों जज्बा लैके वापस आए। वापस आउण पिछे उन्हां दा अपनी मात भूमि लई इक मोह सी। अज जदों पूरा पंजाब देशां वल ਭੱਜ ਰਿਹਾ, ਅੱਜ ਜਦੋਂ ਜਦੋਂ ਪੂਰੇ ਪੰਜਾਬ ਦੇ ਵਿੱਚ ਹੋੜ ਲੱਗੀ ਆ, ਤਾਂ ਬਾਬੇ ਸੋਹਣ ਸਿੰਘ ਭਕਣੇ ਵਰਗੇ ਲੋਕਾਂ ਦੀ ਗੱਲ ਹੋਣੀ ਚਾਹੀਦੀ ਆ। ਅੱਜ ਆਪਾਂ ਗੱਲ ਕਰਾਂਗੇ, ਇਹ ਗੱਲ ਲਿਖੀ ਆ ਮਨਦੀਪ ਹੋਰਾਂ ਨੇ, ਉਹਦੇ ਆਧਾਰ 'ਤੇ ਆਪਾਂ ਚਰਚਾ ਕਰਾਂਗੇ। ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਭਕਣਾ ਕਲਾਂ 'ਚ 4 ਜਨਵਰੀ 1870 ਨੂੰ ਜਿਹੜਾ ਹੈਗਾ ਕਿ ਬਾਬਾ ਸੋਹਣ ਸਿੰਘ ਭਕਣਾ ਦਾ ਜਨਮ ਹੋਇਆ। ਉਹਨਾਂ ਦੇ ਪਿਤਾ ਕਰਮ ਸਿੰਘ ਸੀ ਅਤੇ ਮਾਤਾ ਰਾਮ ਕੌਰ ਸੀ, ਅਤੇ ਉਹ ਆਪਣੇ ਮਾਪਿਆਂ ਦੀ ਇਕਲੌਤੀ ਔਲਾਦ ਸਨ। ਮੁੱਢਲੀ ਪੜ੍ਹਾਈ ਉਹਨਾਂ ਨੇ ਗੁਰਦੁਆਰੇ ਦੇ ਗ੍ਰੰਥੀ ਕੋਲੋਂ ਹਾਸਲ ਕੀਤੀ ਹੈ। ਜਦੋਂ ਵੀ ਅਸੀਂ ਆਪਣੇ ਬਾਬਿਆਂ ਤੋਂ ਸੁਣਦੇ ਹਾਂ ਕਹਾਣੀਆਂ, ਤਾਂ ਪਹਿਲਾਂ ਜਿਹੜੀ ਪੜ੍ਹਾਈ ਸੀ ਉਹ ਗੁਰੂ ਘਰਾਂ ਦੇ ਵਿੱਚ ਹੀ ਗੁਰਮੁਖੀ ਦੀ ਅੱਖਰ ਗਿਆਨ ਦੀ ਮਿਲਦੀ ਸੀ, ਅਤੇ ਮੰਦਰਾਂ ਦੇ ਵਿੱਚ ਵੀ ਇਸ ਤਰੀਕੇ ਨਾਲ ਮਿਲਦੀ ਸੀ, ਮਸਜਿਦਾਂ ਦੇ ਵਿੱਚ ਵੀ ਇਸ ਤਰੀਕੇ ਨਾਲ ਮਿਲਦੀ ਸੀ। ਉਹ ਤੋਂ ਬਾਅਦ ਜਿਹੜੇ ਬੱਚੇ ਕੋਈ ਸ਼ਾਰਪ ਹੁੰਦੇ ਸੀ, ਤੇਜ਼ ਨਿਕਲਦੇ ਸੀ, ਉਹ ਅੱਗੇ ਇਸ ਪਾਸੇ ਤੁਰ ਪੈਂਦੇ ਸੀ, ਨਹੀਂ ਬੇਸਿਕ ਅੱਖਰ ਗਿਆਨ ਲੈਣ ਤੋਂ ਬਾਅਦ ਆਪਣੀ ਜਿਹੜੀ ਰੋਜ਼ਮਰਾ ਦੀ ਜ਼ਿੰਦਗੀ ਸ਼ੁਰੂ ਕਰ ਦਿੰਦੇ ਸੀ। ਇਵੇਂ ਬਾਬਾ ਜੀ ਨੇ ਵੀ ਬਾਬਾ ਸੋਹਣ ਸਿੰਘ ਭਕਣਾ ਨੇ ਵੀ ਆਪਣੀ ਮੁੱਢਲੀ ਜਿਹੜੀ ਪੜ੍ਹਾਈ ਆ ਉਹ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਤੋਂ ਹਾਸਲ ਕੀਤੀ, ਅਤੇ ਫਿਰ ਉਹਨਾਂ ਨੇ ਪੰਜਵੀਂ ਆਪਣੇ ਪਿੰਡ ਦੇ ਸਕੂਲ ਤੋਂ ਪਾਸ ਕੀਤੀ। ਬਾਲ ਉਮਰੇ ਉਹਨਾਂ ਦੇ ਪਿਤਾ ਜੀ ਦਾ ਸਾਇਆ ਉਹਨਾਂ ਦੇ ਸਿਰ ਤੋਂ ਉੱਠ ਜਾਣ ਕਰਕੇ 10 ਸਾਲ ਦੀ ਉਮਰ ਦੇ ਵਿੱਚ ਹੀ ਉਹਨਾਂ ਦੀ ਸ਼ਾਦੀ ਹੋ ਗਈ, ਜਿਹਨੂੰ ਆਪਾਂ ਬਾਲ ਵਿਆਹ ਕਹਿੰਦੇ ਹਾਂ। ਪਹਿਲਾਂ ਇਵੇਂ ਹੋ ਜਾਂਦਾ ਸੀ, ਪਰ ਉਸ ਤੋਂ ਬਾਅਦ ਮਕਲਾਵਾ ਵਗੈਰਾ ਬਾਅਦ ਦੇ ਵਿੱਚ ਲਿਆਂਦਾ ਜਾਂਦਾ ਸੀ। ਬਾਬਾ ਜੀ ਦੇ ਘਰ ਕੋਈ ਵੀ ਸੰਤਾਨ ਪੈਦਾ ਨਹੀਂ ਹੋਈ, ਇਸੇ ਕਰਕੇ ਜਿਹੜਾ ਕਹਿ ਸਕਦੇ ਕਿ ਉਹ ਇੱਕ ਕਹਿੰਦੇ ਹੁੰਦੇ ਇੱਕ ਚੀਜ਼, ਇੱਕ ਮੋਟੀਵੇਸ਼ਨ ਵੀ ਤੁਹਾਡੇ 'ਚ ਹੁੰਦੀ ਹੈਗੀ ਕਿ ਉਹ ਤੋਂ ਬਾਅਦ ਉਹਨਾਂ ਦਾ ਜਿਹੜਾ ਧਿਆਨ ਆ ਬਾਬਾ ਕੇਸਰ ਸਿੰਘ ਹੋਰਾਂ ਦੇ ਉਹ ਸੰਪਰਕ 'ਚ ਆ ਗਏ। 1897 ਦੇ ਵਿੱਚ ਉਹ ਨਾਮਧਾਰੀ ਲਹਿਰ ਦੇ ਮੁਰੀਦ ਬਣ ਗਏ, ਇਸ ਪਾਸੇ ਤੁਰ ਪਏ। 12 ਸਾਲ ਉਹ ਨਾਮਧਾਰੀ ਲਹਿਰ 'ਚ ਕੰਮ ਕਰਦਿਆਂ ਉਹਨਾਂ ਆਪਣਾ ਤਨ ਮਨ ਧਨ ਸਭ ਕੁਛ ਇਸ ਲਈ ਨਿਸ਼ਾਵਰ ਕਰ ਦਿੱਤਾ, ਆਪਣਾ ਅਤੇ ਆਪਣੇ ਪਰਿਵਾਰ ਦਾ ਪੇਟ ਪਾਲਣ ਲਈ 3 ਜਨਵਰੀ 1909 ਨੂੰ ਉਹ ਯਾਤਰਾ ਦੀਆਂ ਅਨੇਕਾਂ ਮੁਸ਼ਕਲਾਂ ਨੂੰ ਝੱਲਦੇ ਅਮਰੀਕਾ ਪਹੁੰਚੇ। ਉੱਥੇ ਲੱਕੜ ਮਿੱਲ ਦੇ ਵਿੱਚ ਉਹਨਾਂ ਨੇ ਨੌਕਰੀ ਕੀਤੀ, ਮਜ਼ਦੂਰੀ ਕੀਤੀ। ਬਸਤੀਵਾਦੀ ਬਿੱਲ ਦੇ ਵਿਰੁੱਧ 1906-07 ਚੱਲੇ ਸੰਘਰਸ਼ ਵਿੱਚ ਉਹਨਾਂ ਦੀ ਸ਼ਮੂਲੀਅਤ ਉਹਨਾਂ ਦੇ ਜੀਵਨ ਸੰਗਰਾਮ ਦੀ ਪਹਿਲੀ ਸਿਆਸੀ ਘਟਨਾ ਸੀ। ਹੁਣ ਤੁਸੀਂ ਹਿਸਾਬ ਲਾ ਲਓ ਕਿ ਜਦੋਂ ਇਹ ਘਟਨਾ ਘਟੀ ਆ, ਉਸ ਮੌਕੇ ਬਾਬਾ ਜੀ ਦੀ ਉਮਰ 36-37 ਸਾਲ ਹੋ ਗਈ ਸੀ, ਕਿ ਬੰਦੇ ਦੇ ਜੀਵਨ ਦੇ ਵਿੱਚ ਤਬਦੀਲੀ ਇਸ ਉਮਰ 'ਚ ਆਈ। ਆਮ ਤੌਰ 'ਤੇ ਅਸੀਂ ਜਦੋਂ ਸ਼ਹੀਦਾਂ ਦੀ ਜਾਂ ਵੱਡੇ ਹੋਰ ਸ਼ਖਸੀਅਤਾਂ ਦੀ ਗੱਲ ਕਰਦੇ ਹਾਂ, ਸ਼ਹੀਦ ਭਗਤ ਸਿੰਘ ਤੋਂ ਲੈ ਕੇ ਕਰਤਾਰ ਸਿੰਘ ਸਰਾਭੇ ਤੋਂ ਲੈ ਕੇ, ਤਾਂ ਉਹ ਇਸ ਉਮਰ ਤੱਕ ਆਪਣਾ ਮੁਕਾਮ, ਆਪਣਾ ਸਫ਼ਰ ਖਤਮ ਕਰਕੇ ਚਲੇ ਜਾਂਦੇ ਆ। ਪਰ ਬਾਬਾ ਜੀ ਦਾ ਜਿਹੜਾ ਸਫ਼ਰ ਆ, ਇਹ ਇੱਕ ਉਮਰ ਦੇ ਉਸ ਪੜਾਅ ਦੇ ਉੱਤੇ ਜਾ ਕੇ ਸ਼ੁਰੂ ਹੋਇਆ, ਜਿੱਥੋਂ
ਅਸੀਂ ਸੋਚਦੇ ਹਾਂ ਵੀ ਹੁਣ ਤਾਂ ਜ਼ਿੰਦਗੀ 'ਚ ਕੁਛ ਕਰਨ ਨੂੰ ਬਾਕੀ ਨਹੀਂ ਰਿਹਾ, ਉਹਨਾਂ ਨੇ ਉਸ ਮੌਕੇ ਸ਼ੁਰੂ ਕੀਤਾ ਜਿੱਥੇ ਬਾਬਾ ਜੀ ਮਿੱਲਾਂ ਦੇ ਵਿੱਚ ਕੰਮ ਕਰਦੇ ਸੀਗੇ ਅਤੇ ਇੱਥੇ ਹਿੰਦੀ ਜਿਹੜੇ ਹਿੰਦ ਮੁਲਕ ਤੋਂ ਆਏ ਸੀ ਮਜ਼ਦੂਰਾਂ ਨੂੰ ਮਾਲਕ ਅਤੇ ਸਰਕਾਰ ਦੇ ਨਾਲ ਨਾਲ 1907 ਦੇ ਵਿੱਚ ਜਿਹੜਾ ਵੱਡਾ ਆਰਥਿਕ ਮੰਦਵਾੜਾ ਆਇਆ ਸੀ, ਅੱਜ ਅਸੀਂ ਕ੍ਰਾਈਸਿਸ ਕਹਿੰਦੇ ਹਾਂ, ਇਕਨੋਮਿਕ ਕ੍ਰਾਈਸਿਸ ਇਨ ਫਰੰਟ ਆਫ ਅਸ, ਅਸੀਂ ਅੱਜ ਖਾਸ ਤੌਰ 'ਤੇ ਜਿਹੜੇ ਵਿਦੇਸ਼ਾਂ ਦੇ ਵਿੱਚ ਬੈਠੇ ਹਾਂ ਇਹਦੀ ਜ਼ਿਆਦਾ ਚਰਚਾ ਕਰਦੇ ਹਾਂ ਕਿ ਕਹਿੰਦੇ ਰਿਸੈਸ਼ਨ ਆਉਣ ਵਾਲਾ ਜੀ। 1907 ਦੇ ਵਿੱਚ ਜਿਹੜਾ ਰਿਸੈਸ਼ਨ ਆਇਆ ਸੀ ਉਹਨੇ ਪੂਰੀਆਂ ਚੂੜਾਂ ਤੋੜਤੀਆਂ ਸੀ ਅਤੇ ਅਮਰੀਕਾ ਦਾ ਲੱਕ ਟੁੱਟ ਗਿਆ ਸੀ ਅਤੇ ਉਸ ਮੌਕੇ ਬਾਬਾ ਜੀ ਹੋਰੀ ਉੱਥੇ ਮਜ਼ਦੂਰੀ ਕਰਨ ਗਏ ਹੋਏ ਸੀ। 1907 ਦੇ ਮੰਦਵਾੜੇ ਕਾਰਨ ਭੁੱਖ ਬੇਕਾਰੀ ਤਬਾਹੀ ਦੇ ਝੰਬੇ ਅਮਰੀਕਨ ਮਜ਼ਦੂਰਾਂ ਦੇ ਦੁਰਵਿਵਹਾਰ ਦਾ ਵੀ ਸ਼ਿਕਾਰ ਉਹਨਾਂ ਨੂੰ ਹੋਣਾ ਪਿਆ ਕਿਉਂਕਿ ਉਹ ਆਪ ਭੁੱਖ ਦੁੱਖੇ ਦੇ ਸ਼ਿਕਾਰ ਸੀ। ਉਹਨਾਂ ਨੂੰ ਲੱਗਿਆ ਕਿ ਜਿਹੜੇ ਬਾਹਰਲੇ ਮੁਲਕਾਂ ਤੋਂ ਆ ਕੇ ਮਜ਼ਦੂਰੀ ਕਰਦੇ ਨੇ ਘੱਟ ਪੈਸਿਆਂ 'ਚ ਕਰਦੇ ਨੇ ਅਤੇ ਇਹ ਸਾਡੇ ਦੁਸ਼ਮਣ ਨੇ, ਉਹਨਾਂ ਨੇ ਉਹਨਾਂ ਨੂੰ ਆਪਣਾ ਦੁਸ਼ਮਣ ਮੰਨ ਲਿਆ, ਉਹਨਾਂ ਨੇ ਜਮਾਤੀ ਦੁਸ਼ਮਣ ਦੀ ਪਹਿਚਾਣ ਨਹੀਂ ਕੀਤੀ। ਸੋ ਇਸੇ ਤਰੀਕੇ ਨਾਲ ਜਿਹੜਾ ਹੈ ਕਿ ਵੱਖ ਵੱਖ ਮੁਲਕਾਂ ਅੰਦਰ ਅਣਮਨੁੱਖੀ ਨੀਤੀਆਂ ਦੀ ਮਾਰ ਝੱਲਦੇ ਪ੍ਰਵਾਸੀ ਭਾਰਤੀਆਂ ਦੇ ਚੇਤਨ ਹਿੱਸੇ ਨੇ ਸਿਰ ਜੋੜ ਬੈਠ ਕੇ ਕੈਰਾਂ ਵਾਂਗ ਵਤਨ ਦੇ ਲੋਕਾਂ ਨੂੰ ਬਰਤਾਨਵੀ ਸਮਾਜ ਦੇ ਪੂੰਜੀ ਦੇ ਭੁੱਖੇ ਵਘਿਆੜ ਅੱਗੇ ਸੁੱਟ ਕੇ ਵਿਦੇਸ਼ੀਆਂ ਦੀ ਗੁਲਾਮੀ ਕਰਨ ਨਾਲੋਂ ਵਤਨ ਪਰਤ ਕੇ ਦੇਸ਼ ਦੇ ਲੋਕਾਂ ਨੂੰ ਗੁਲਾਮੀ ਤੋਂ ਮੁਕਤ ਕਰਨ ਦਾ ਉਸ ਮੌਕੇ ਮਿਸ਼ਨ ਤੈਅ ਕੀਤਾ। ਅੱਜ ਵੀ ਅਸੀਂ ਉਸ ਦੌਰ 'ਚੋਂ ਤਕਰੀਬਨ ਗੁਜ਼ਰ ਰਹੇ ਹਾਂ ਜੋ ਦੌਰ 1907 ਦੇ ਵਿੱਚ ਸੀ। ਆਸਟਰੀਆ ਸ਼ਹਿਰ ਦੀ ਇੱਕ ਮਹਿਲ ਅੰਦਰ ਹਿੰਦੀ ਐਸੋਸੀਏਸ਼ਨ ਆਫ ਪੈਸੀਫਿਕ ਕੋਸਟ ਨਾਂ ਦੀ ਪਾਰਟੀ ਦੀ ਸਥਾਪਨਾ ਹੋਈ, ਗਦਰ ਅਖਬਾਰ ਕੱਢਿਆ ਗਿਆ, ਅੱਜ ਵੀ ਸਾਨੂੰ ਫੋਟੋਆਂ ਗਾਹੇ ਬਗਾਹੇ ਮਿਲ ਜਾਂਦੀਆਂ ਨੇ। ਵੱਖ ਵੱਖ ਮੁਲਕਾਂ ਅੰਦਰ ਮਜ਼ਦੂਰੀ ਕਰਦੇ ਪ੍ਰਵਾਸੀ ਭਾਰਤੀਆਂ ਅਤੇ ਹੋਰ ਗਦਰੀ ਇਨਕਲਾਬੀਆਂ ਨਾਲ ਸੰਪਰਕ ਸਥਾਪਿਤ ਕੀਤੇ ਜਾਣ ਲੱਗੇ। ਸਾਰੇ ਸਰਗਰਮ ਪਾਰਟੀ ਆਗੂ ਅਤੇ ਕਾਰਕੁਨ ਵਤਨ ਪਰਤ ਕੇ ਗਦਰ ਮਚਾਉਣ ਦੀਆਂ ਤਿਆਰੀਆਂ 'ਚ ਮਸ਼ਰੂਫ ਹੋ ਗਏ। ਬਾਬਾ ਜੀ ਕਾਮਾਗਾਟਾ ਮਾਰੂ ਦੇ ਮੁਸਾਫਰਾਂ 'ਚ ਪ੍ਰਾਪੇ ਗੰਡਾ ਕਰਨ ਲਈ ਗਏ, ਉੱਥੋਂ ਚੀਨ ਦੇ ਗਦਰੀਆਂ ਨੂੰ ਮਿਲਣ ਲਈ ਸ਼ੰਘਾਈ ਸ਼ਹਿਰ ਪਹੁੰਚੇ, ਕਨੇਡਾ ਹਾਂਗਕਾਂਗ ਅਤੇ ਹੋਰ ਅਨੇਕਾਂ ਦੇਸ਼ਾਂ ਦੇ ਗਦਰੀ ਇਨਕਲਾਬੀਆਂ ਨਾਲ ਮਿਲ ਕੇ ਹਿੰਦੁਸਤਾਨ ਅੰਦਰ ਗਦਰ ਪਾਰਟੀ ਦੀ ਨੀਂਹ ਰੱਖਣ, ਗਦਰ ਕਰਨ ਦਾ ਫੈਸਲਾ ਉਹਨਾਂ ਨੇ ਕੀਤਾ। ਗਦਰ ਕਰਨ ਦਾ ਖੁੱਲ੍ਹੇਆਮ ਐਲਾਨ ਗਦਰ 'ਚ ਪ੍ਰਕਾਸ਼ਿਤ ਕਰਕੇ 8000 ਗਦਰੀ ਹਿੰਦੁਸਤਾਨ ਨੂੰ ਵਾਪਸ ਪਰਤਣ ਲੱਗੇ। ਇਹ ਐਲਾਨ ਉਹਦੇ ਵਿੱਚ ਆਇਆ CID ਦੀਆਂ ਗੁਪਤ ਸੂਚਨਾਵਾਂ ਤਹਿਤ ਅੰਗਰੇਜ਼ ਹਕੂਮਤ ਨੂੰ ਗਦਰੀਆਂ ਦੇ ਪਰਤਣ ਅਤੇ ਉਹਨਾਂ ਦੇ ਮਕਸਦ ਦੀ ਸੂਹ ਲੱਗੀ ਅਤੇ ਬੰਦਰਗਾਹਾਂ ਉੱਪਰ ਹੀ ਗ੍ਰਿਫਤਾਰੀਆਂ ਦਾ ਉਸ ਮੌਕੇ ਦੌਰ ਸ਼ੁਰੂ ਹੋ ਗਿਆ। ਲੀਡਰਸ਼ਿਪ ਨੂੰ ਮੁੱਖ ਨਿਸ਼ਾਨਾ ਬਣਾਇਆ ਗਿਆ। 15 ਅਕਤੂਬਰ 1914 ਨੂੰ ਬਾਬਾ ਜੀ ਨੂੰ ਕਲਕੱਤੇ ਤੋਂ ਗ੍ਰਿਫਤਾਰ ਕਰਕੇ ਪਹਿਲਾਂ ਲੁਧਿਆਣਾ ਅਤੇ ਫਿਰ ਮੁਲਤਾਨ ਜੇਲ੍ਹ ਵਿੱਚ ਰੱਖਿਆ ਗਿਆ। ਇਹ ਉਹਨਾਂ ਦੀ ਪਹਿਲੀ ਗ੍ਰਿਫਤਾਰੀ ਅਤੇ ਜੇਲ੍ਹ ਯਾਤਰਾ ਸੀ। ਇਸ ਤੋਂ ਬਾਅਦ ਸਿਲਸਿਲਾ ਸ਼ੁਰੂ ਹੋ ਜਾਂਦਾ। ਜੇਲ੍ਹ ਅੰਦਰ ਬਾਬਾ ਜੀ ਤੋਂ ਪਾਰਟੀ ਦਾ ਭੇਦ ਜਾਣਨ ਲਈ ਉਹਨਾਂ ਨੂੰ ਤਰ੍ਹਾਂ ਤਰ੍ਹਾਂ ਦੇ ਪਹਿਲਾਂ ਇਨਾਮ ਅਤੇ ਲਾਲਚ ਦਿੱਤੇ ਗਏ। ਦੋਵੇਂ ਮਾਵਾਂ ਅਤੇ ਪਤਨੀ ਨੂੰ ਜੇਲ੍ਹ ਬੁਲਾ ਕੇ ਪਰਿਵਾਰਕ ਮੋਹ ਭਾਵਨਾ ਅੱਗੇ ਝੁਕਣ ਅਤੇ ਅਖੀਰ ਜਲੀਲ ਕਰਨ ਅਤੇ ਫਾਂਸੀ ਦੇਣ ਦੇ ਡਰਾਵੇ ਤੱਕ ਦਿੱਤੇ ਗਏ। ਪਰੰਤੂ ਜਿਹਦੇ ਅੰਦਰ ਮੁਲਕ ਦਾ ਜਜ਼ਬਾ ਹੋਵੇ, ਜਿਹਦੇ ਅੰਦਰ ਮਿੱਟੀ ਦੀ ਤਾਂਘ ਹੋਵੇ, ਸੋ ਇਹੋ ਜਿਹੇ ਦੇਸ਼ ਭਗਤ ਸੂਰਬੀਰ ਦੀ ਮਾਂ ਜੇਲ੍ਹ ਅੰਦਰ ਬੰਦ ਪੁੱਤ ਨੂੰ ਇਹ ਕਵੇ, ਪੁੱਤ ਮੈਂ ਬਿਲਕੁਲ ਨਹੀਂ ਚਾਹੁੰਦੀ ਕਿ ਤੂੰ ਦੂਜਿਆਂ ਨੂੰ ਮਰਵਾ ਕੇ ਆਪ ਬਚ ਜਾਵੇਂ। ਇਹ ਉਹਨਾਂ ਦੀ ਮਾਂ ਦਾ ਵਚਨ ਸੀ। ਉਹਨਾਂ ਦੀਆਂ ਮਾਵਾਂ ਵੀ ਤਾਂ ਮੇਰੇ ਵਰਗੀਆਂ ਹੀ ਹਨ, ਅਤੇ ਇਹ ਜਦੋਂ ਮਾਂ ਦਾ ਜਾਣੀ ਕਹਿ ਸਕਦੇ, ਉਹ ਤਾਂ ਪਹਿਲਾਂ ਹੀ ਤਕੜੇ ਸੀ ਆਪਣੇ ਅੰਦਰੋਂ, ਪਰ ਜਦੋਂ ਉਹਨਾਂ ਨੇ ਮਾਂ ਦਾ ਇਹ ਸ਼ਬਦ ਸੁਣਿਆ ਤਾਂ ਜਵਾਬ ਜਿਹੜਾ ਇਹ ਸ਼ਬਦ ਸੁਣੇ ਤਾਂ ਇਹ ਸੁਣ ਕੇ ਉਹ ਗਦਗਦ ਹੋ ਗਏ ਅਤੇ ਉਹ ਕਹਿੰਦੇ, ਮਾਤਾ ਜੀ ਤੁਸੀਂ ਭਰੋਸਾ ਰੱਖੋ, ਭਾਵੇਂ ਕੁਝ ਵੀ ਹੋ ਜਾਵੇ ਮੈਂ ਤੁਹਾਡੀ ਕੁੱਖ ਕਲੰਕਿਤ ਨਹੀਂ ਕਰਾਂਗਾ। ਤਾਂ ਤੁਸੀਂ ਸਹਿਜੇ ਅੰਦਾਜ਼ਾ ਲਾ ਸਕਦੇ ਹੋ ਕਿ ਦੁਨੀਆ ਦੀ ਐਸੀ ਕਿਹੜੀ ਤਾਕਤ ਹੈ ਜੋ ਉਹਨਾਂ ਨੂੰ ਝੁਕਾ ਸਕਦੀ ਸੀ। ਮਾਰਚ 1915 ਨੂੰ ਮੁਕੱਦਮਾ ਚੱਲਿਆ, ਸਿਰਫ 7 ਨੂੰ ਬਰੀ ਕਰਕੇ ਬਾਕੀ ਸਾਰਿਆਂ ਨੂੰ ਫਾਂਸੀਆਂ, ਜਲਾ ਵਤਨੀਆਂ, ਲੰਮੀਆਂ ਕੈਦਾਂ ਅਤੇ ਉਮਰ ਕੈਦਾਂ ਦੀਆਂ ਸਜ਼ਾਵਾਂ ਐਲਾਨੀਆਂ ਗਈਆਂ। ਪਰੰਤੂ ਸਾਰੇ ਗਦਰੀ ਯੋਧਿਆਂ ਨੇ ਦੁਸ਼ਮਣ ਸਾਹਮਣੇ ਅਪੀਲ ਨਾ ਕਰਨ ਦਾ ਫੈਸਲਾ ਕੀਤਾ। ਬਾਬਾ ਜੀ ਨੂੰ ਗਦਰੀਆਂ ਸਮੇਤ ਫਾਂਸੀ ਦੀ ਸਜ਼ਾ ਸੁਣਾਈ ਗਈ, ਪਰੰਤੂ ਫਾਂਸੀ ਵਾਲੇ ਦਿਨ 7 ਦੇਸ਼ ਭਗਤਾਂ ਨੂੰ ਫਾਂਸੀ ਦੀ ਸਜ਼ਾ ਦਿੱਤੀ ਗਈ ਅਤੇ ਬਾਕੀ ਗਦਰੀ ਇਨਕਲਾਬੀਆਂ ਨੂੰ ਦੀ ਮੌਤ ਦੀ ਸਜ਼ਾ ਨੂੰ ਉਮਰ ਕੈਦ ਦੇ ਵਿੱਚ ਤਬਦੀਲ ਕਰਕੇ ਉਹਨਾਂ ਨੂੰ ਅੰਡੇਮਾਨ ਨਿਕੋਬਾਰ ਦੀ ਜੇਲ੍ਹ ਦੇ ਵਿੱਚ ਭੇਜ ਦਿੱਤਾ ਗਿਆ। ਅੰਡੇਮਾਨ ਦੀ ਸੈਲੂਲਰ ਜੇਲ੍ਹ ਦੀਆਂ ਨਰਕੀ ਹਾਲਤਾਂ ਦਾ ਬਿਰਤਾਂਤ ਬਹੁਤ ਲੰਬਾ ਅਤੇ ਦਿਲ ਕੰਬਾਊ ਹੈ। ਹਰ ਰੋਜ਼ ਕੈਦੀ ਨੂੰ ਰੋਜ਼ਾਨਾ 30 ਪਾਉਂਡ ਤੇਲ ਕੱਢਣ, ਚੱਕੀ ਪੀਸਣ, ਕੋਹਲੂ ਪੀੜਨ ਆਦਿ ਵਰਗੀ ਕਰੜੀ ਮੁਸ਼ਕਤ, ਘੱਟ ਖਾਣਾ, ਮਾੜਾ ਖਾਣਾ, ਡੰਡਾ ਵੇੜੀ, ਪਿੰਜਰਾਬੰਦ, ਬੈਂਤਾਂ ਵਰਗੀਆਂ ਸਜ਼ਾਵਾਂ ਦਿੱਤੀਆਂ ਜਾਂਦੀਆਂ ਸੀ। ਤਪਦਿਕ, ਮਲੇਰੀਆ, ਮਰੋੜ ਵਰਗੀਆਂ ਭਿਆਨਕ ਬਿਮਾਰੀਆਂ, ਗੰਦਾ ਖਾਣਾ ਅਤੇ ਇਲਾਜ ਖੁਣੋ ਨਿੱਤ ਦਿਨ ਕੈਦੀਆਂ ਦੀ ਮੌਤ ਦੀ ਕੋਈ ਵੀ ਜਾਂਚ ਪੜਤਾਲ ਨਹੀਂ ਹੋਈ।
1921 उन्होंने अंडे मान निकोबार तो कोयमटूर जेल में तो फिर 1923 कोयमटूर तो बड़ौदा जेल दे तब्दील कर दिता गया। 17 साल की नरकी कैद दौरान उन्होंने अपनिया हकी मंगा मनवाउण दे लई 5 लंबियां भुख हड़तालां भी कीतियां, जिदे सदका अखीर 1930 नूं बाबा जी ने अनेकां गदरियां समेत रिहा होकर बाहर आ गए। 23 सालां बाद जदों उह पिंड वापस परते सी तां उह अपने घर दा भी रस्ता भुल चुके सी, क्योंकि घर तां उह आए नहीं सी, विदेश गए, विदेश तो वापस जिहड़ा हैगा कि बजकट दे उत्ते फड़े गए, कामा गाटा मारू तह तो उह आए ते फिर जेल दे विच चले गए। तो फिर इस किस्म दा सिलसिला सी। जदों तक बाबा जी कहिंदे पिंड पहुँचे तो पिंड वालों की मदद ना घर पहुँच के उन्होंने वेख्या तो उन्होंने घर मिट्टी का ढेर बन चुकिया से। प्योता जीवन की कलता तो गरीबी ढोंदी रही, पत्नी उम्र के अखीर नूं ढुक चुकी सी, तो जिहड़ियां कह सकदे दोवें मामा जिहड़ियां उन्हां दियां सी उड़ीकदियां संसार नूं अलविदा कह चुकियां सी। कि अंदरों एक चीज जी नहीं उठती कि किस मिट्टी के बने हुए सी योधे जो लोग मुक्ति लई सिरां ते कफन बन के तुरे सन, किस मिट्टी दियां बनियां सन वह महान सूरवीर विरांगणा जिन्हां परिवारक मोह दियां तंदां दे वास्ते नहीं पाए, खुदगर्ज निजी जिंदगी जिउण दी चेष्टा लई मामा ने अपने पुत्तर ते एक सिरडी, पत्नी ने अपने पति तो आरामदायक खुदगर्ज जीवन की भीख नहीं सी मंगी, सगों पहाड़ जिड्डियां मुसीबतां मुश्किलां दा खिड़े मत्थे उन्हां मुकाबला कीता। वह मिट्टी बिना शक मुल्क दे किरती लोकां दे खून पसीने नाल गुन्नी मिट्टी सी जिन्हां नूं उन्हां ने कदे खमीर नहीं सी होण दित्ता। पिंड परत के बाबा जी ने अपना रहन बसेरा कन्या पाठशाला खोलण लई ते बाकी बची जमीन दे टुकड़े नूं कौमी मलकीयत करार दे के किरती किसान आश्रम खोल दिता। तुसीं देखो इन्ना कुछ देख के भी उम्र दे उस पड़ाव दे उत्ते पहुँच के भी उस बंदे दे विच किन्ना जिगरा सी। कहिंदे जिथे उह बच्चियां नूं किरत ते पढ़ाई दे नाल नाल रोजाना अद्धा घंटा सियासी विचार वटांदरे लई भी आप तैयार करदे। 1915 दी गदर बगावत नाकामयाबी तो बाद जदों बाकी बच्चे गदरी रूस ते समाजवादी इनकलाब दा कम्यूनिज़म दा अध्ययन करन लई रूस जा रहे सन तां बाबा जी ने नौजवान विद्यार्थियों नूं रूस जाण लई तैयार करन वास्ते खालसा कॉलेज दे बाहर विद्यार्थियों दी जरूरत नूं पूरा करन दे लई इक दुकान किराए ते लै के दुध दा प्रबंध कीता ते जल्द ही विद्यार्थियों विच आन विचार चर्चा का केंद्र बन के उभरनी शुरू हो गई। रंजिश कारण प्रिंसीपल ने बाबा जी उत्ते केस बनवा के दुकान बंद करवा दिती। बाबा जी हाले सिर्फ एक विद्यार्थी नूं ही उन्हां दे विचों रूस भेजण दे विच कामयाब होए सन। उन्हां नूं 1938-39 दे किसान मोर्चियां दौरान कैदां कट्टणियां पईआं। 1940 चों सर्ब हिंद किसान सभा दे प्रधान चुने गए। 1941 तो 43 तक उन्हें फिर जेल यात्रा की। 1948 दे विच उन्हां नूं नवें बने भारतीय हाकमां दे राज अंदर कैद करके उन्हां नूं उन्हां दी देश भगती का इनाम भी दिता गया। आपां कहिंदे आ 15 अगस्त 1947 नूं मुल्क आजाद हो गया। जिहड़े योध्यां ने इस मुल्क नूं आजाद करन दे लई यतन कीते, जिन्हां ने अपना परिवार बार दित्ते, जिन्हां ने उस गुरु गोबिंद सिंह दे सरबंश दान करन तो एक प्रेरणा लैके उसे राह दे उत्ते चले जो दसम पिता दा राह सी, ते ओ फिर भी उस आजाद मुल्क दे विच भी जदों कोई सच्ची गल कहिंदे सी तां फिर भी उन्हां दी ओ गल सुनी नहीं गई, तां उन्हां ने फिर उही सहारा लिया एजीटेशन दा, विरोध दा, संकल्प दा। तुसीं देखो कि अंग्रेज़ प्रस्त भारतीय हाकमां दे मूँह ते अज भी किन्ने जोरदार ढंग नाल बाबा जी दे इह शब्द बजदे ने जदों कहिंदे ने कि मैनू इस गल दा फकर है कि कौम दी दुश्मन अंग्रेज़ सरकार मेरी कमर ना झुका सकी, जे हुण झुकी है तां उहनां मित्रां दी सरकार ने झुकाई है जिन्हां दे मोढे नाल मोढा ला के असीं देश दी आज़ादी लई संघर्ष कीता। 20-21 दिसंबर 1968 दी रात नूं जदों गदर लहर दी महान विरासत तों प्रेरणा लै के लगातार उठदियां रहियां बगावतां दी लड़ी विच्चों भारत दी धरती उत्ते एक होर नक्सलवाड़ी लहर उठ रही सी, तां उस मौके बाबा जी इस संसार नूं अलविदा कह के चले गए। तकरीबन 98 साल दा जीवन उन्होंने लोक लेखे लाया, उन्होंने लोकां लई ही अपना जीवन जिहड़ा कि कुरबान कीता। सो अजिहे योधे अज भी जदों असीं थोड़ी जी गल तो औखे हो जाने हां, थोड़ी जी गल तो असीं ढारस ढा लैने हां, तां उस मौके अजिहियां कहानियां सानू सुननियां चाहीदियां ने।
ਅਜਿਹੀਆਂ ਕਹਾਣੀਆਂ ਸਾਨੂੰ ਸਾਂਝੀਆਂ ਕਰਨੀਆਂ ਚਾਹੀਦੀਆਂ ਨੇ, ਅਜਿਹੀਆਂ ਕਹਾਣੀਆਂ ਸਮਝਣਾ ਚਾਹੀਦਾ ਵੀ ਉਹ ਲੋਕ ਕੌਣ ਸੀ। ਇਹਨਾਂ ਸ਼ਬਦਾਂ ਨਾਲ ਹੀ ਮੈਨੂੰ ਤਰਨਦੀਪ ਬਿਲਾਸਪੁਰ ਨੂੰ ਦਿਓ ਇਜਾਜ਼ਤ। ਮਿਹਰਬਾਨੀ, ਸ਼ੁਕਰੀਆ, ਸਤਿ ਸ਼੍ਰੀ ਅਕਾਲ।